150 ਸਾਲਾਂ 'ਚ ਤੁਹਾਡੀ ਬਹੁਤ ਕੰਟਰੀਬਿਊਸ਼ਨ ਹੈ ਸਮਾਜ ਨੂੰ। ਪੱਕੀਆਂ ਸੜਕਾਂ ਕਿੰਨੇ ਬਣੀਆਂ ਸੀ, ਚਲੋ ਕੱਚੇ ਰਸਤੇ ਲਾ ਕੇ ਉਹਦੇ ਉੱਤੇ ਲਾਲ ਪਾ ਕੇ ਰਸਤਾ ਜਾਂਦਾ ਜੀ। ਇੰਚਾਰਜ ਲਾਇਆ ਸੀ ਸਰਕਾਰ ਨੇ ਬਿਜਲੀ ਸਟੋਰ ਕਰ, ਫਿਰ ਆਪਾਂ ਨੇ ਇਹਦੇ 'ਚ ਵੇਚ ਪਾਣੀ ਚਲਾਇਆ ਸੀ। ਇਹ ਨਹੀਂ ਰਹੀ ਤੇ ਸਾਰੇ ਡਾਕਟਰ ਲੈ ਜਾਂਦੇ, ਬਹੁਤ ਵੱਡਾ ਇੱਕ ਜਿਹੜੀ ਇਸ ਵੇਲੇ ਜਿਹੜੀ ਹੈਗੀ ਹੈ ਸਭ ਤੋਂ ਵੱਡੀ ਚਿੰਤਾ ਪਿਛਲੇ ਸਾਲ ਦੇਖੀ ਹੋਈ ਹੈ 2023 ਦੇ ਵਿੱਚ, ਫਿਰ ਜੁਲਾਈ ਦੇ ਵਿੱਚ ਹੜ੍ਹਾਂ ਦਾ ਆਉਣਾ, ਉਹ ਪਿਛਲੇ ਸਾਲ ਦੀ ਜਿਹੜੀ ਐਗਰੀਕਲਚਰ ਮਹਿਕਮੇ ਵੱਲੋਂ ਜਿਹੜੀ ਹੈਗੀ ਸਟੈਂਡਿੰਗ ਕਮੇਟੀ ਦੀ ਰਿਪੋਰਟ, ਉਹ ਗਲੋਬਲ ਵਾਰਮਿੰਗ ਦੇ ਉਹਨਾਂ 'ਤੇ ਪ੍ਰਭਾਵ ਪਿਆ। ਇਹਦੇ ਵਿੱਚ 9 ਜ਼ਿਲ੍ਹੇ ਪੰਜਾਬ ਦੇ, 8 ਹਿਮਾਚਲ ਦੇ ਅਤੇ 11 ਜਿਹੜੇ ਹੈਗੇ ਆ ਪੂਰਾ ਆਪਣੇ ਹਰਿਆਣਾ ਦੇ, ਕੁੱਲ ਪੂਰੇ ਇੰਡੀਆ ਦੇ 310 ਜ਼ਿਲ੍ਹੇ। ਅਤੇ ਜਿਨ੍ਹਾਂ ਦੇ ਵਿੱਚ ਜਲੰਧਰ ਜ਼ਿਲ੍ਹਾ ਕ੍ਰਿਟੀਕਲ ਏਰੀਆ, ਅਤੇ ਜਿਹੜੇ ਇੱਕ ਹੋਰ ਵੱਲੋਂ ਰਿਪੋਰਟ ਆ ਏਜੰਸੀ ਵੱਲੋਂ ਉਹਨਾਂ ਦਾ ਹੈ ਕਿ 2,250 ਤੀਕਰ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ, ਇਹ ਸਾਰੇ ਜ਼ਿਲ੍ਹੇ ਪਾਣੀ ਨੂੰ, ਪੀਣ ਵਾਲੇ ਪਾਣੀ ਨੂੰ ਵੀ ਤਰਸਣਗੇ। ਸੋ ਇਸ ਤਰੀਕੇ ਦੇ ਨਾਲ, ਕਿਉਂਕਿ ਅਸੀਂ ਲਗਾਤਾਰ ਥੱਲੇ ਨੂੰ ਗਏ ਹਾਂ, ਪਾਣੀ ਥੱਲੇ ਗਿਆ, ਪਹਿਲਾਂ ਖੂਹਾਂ ਨਾ ਕੱਢਦੇ ਸੀ, ਮੋਟਰਾਂ ਆ ਗਈਆਂ, ਫਿਰ ਮੋਟਰਾਂ ਦੇ ਨਾਲ ਖੂਹੀਆਂ ਬੋਰ ਥੱਲੇ ਕਰਦੇ ਸੀ, ਪੁੱਠੀਆਂ ਲਾਉਂਦੇ ਸੀ, ਉਦੋਂ ਮੋਰ ਸਮਰਸੀਬਲ ਆ ਗਈ। ਜਦੋਂ ਸਮਰਸੀਬਲ ਆ ਗਈ ਉਦੋਂ ਕਿਸੇ ਨੂੰ ਨਹੀਂ ਪਤਾ ਵੀ ਹੁਣ ਪਾਣੀ ਥੱਲੇ ਜਾਂਦਾ, ਕਿਉਂਕਿ ਉਦੋਂ 5 ਖੂਹੀ ਪੁੱਠੀ ਲਾਉਂਦੇ ਸੀ ਅਤੇ ਹਰ ਇੱਕ ਨੂੰ ਪਤਾ ਲੱਗਦਾ ਸੀ ਵੀ ਹੁਣ 5 ਫੁੱਟ ਕਿੱਦਾਂ ਕਰਦੇ ਥੱਲੇ। ਹੁਣ ਇੱਕ ਟੋਟਾ ਪਾਈ ਜਾਂਦੇ ਪਾਣੀ, ਜਿਹੜਾ ਸਾਨੂੰ ਬਜ਼ੁਰਗ 10 ਫੁੱਟ ਦੇ ਪਾਣੀ ਦੇ ਕੇ ਗਏ ਸੀ, ਅਜੇ 150 ਫੁੱਟ ਦੇ ਪਾਣੀ ਹੈ ਧਰਤੀ 'ਤੇ, ਅਸੀਂ 150 ਫੁੱਟ ਆਉਣ ਵਾਲੀ ਪੀੜ੍ਹੀ ਦਾ ਮੁਕਾ ਦਿੱਤਾ। ਉਸੇ ਜਿਸ ਰਫਤਾਰ ਦੇ ਨਾਲ ਅਸੀਂ ਜਾ ਰਹੇ ਹਾਂ, ਜੇ ਅਸੀਂ ਨਾ ਰੁਕੇ ਤਾਂ ਸਾਡੇ, ਕਿਉਂਕਿ ਜਿਹੜੀ ਗਲੋਬਲ ਵਾਰਮਿੰਗ ਹੈ ਇਹਦਾ ਅਸਰ ਪੂਰਾ ਸਭ ਤੋਂ ਜ਼ਿਆਦਾ ਜਿਹੜਾ ਹੈਗਾ ਕਿਸਾਨ 'ਤੇ ਪੈਣਾ, ਕਿਸਾਨ ਅਤੇ ਗਰੀਬ, ਕਿਉਂਕਿ ਜਿਹੜਾ ਪੂਰਾ ਭਾਰਤ ਜਿਹੜਾ ਹੈਗਾ ਇਹ ਖੇਤੀ ਪ੍ਰਧਾਨ ਮੁਲਕ ਆ, ਅਤੇ ਜੇਕਰ ਕਿਸਾਨ 'ਤੇ ਅਸਰ ਪੈਣਾ, ਗਰੀਬ 'ਤੇ ਅਸਰ ਪੈਣਾ, ਬੰਦ ਕਰ ਦੇ, ਮਜ਼ਦੂਰ 'ਤੇ ਅਸਰ ਪੈਣਾ, ਅਤੇ ਕਿਉਂ ਅੱਜ ਪੂਰੇ ਭਾਰਤ ਦੇ ਵਿੱਚ ਇਲੈਕਸ਼ਨ ਹੋ ਰਹੀ ਹੈ ਪਰ ਉਹ ਗਲੋਬਲ ਵਾਰਮਿੰਗ ਦੀ ਗੱਲ ਨਹੀਂ ਹੋ ਰਹੀ ਕਿ ਜੇ ਸਾਡੇ ਇਹੋ ਜਿਹੇ ਹਾਲਾਤ, ਜਿਹੜੀ ਅਸੀਂ 2000 ਦੇ ਵਿੱਚ ਜਦੋਂ 95 ਦੇ ਵਿੱਚ ਕੁਛ ਇਹੋ ਜਿਹੀਆਂ ਗੋਸ਼ਟੀਆਂ ਹੁੰਦੀਆਂ ਸੀ ਇਨਵਾਇਰਮੈਂਟ ਦੀਆਂ, ਸਾਨੂੰ ਸੱਦਦੇ ਸੀ, ਲੱਗੇ ਸੀ ਇਸ ਪਾਸੇ, ਉਸ ਵੇਲੇ ਇਹ ਆਉਂਦਾ ਸੀਗਾ ਕਿ ਆਉਣ ਵਾਲੇ ਸਮੇਂ 'ਚ ਜੇ ਨਾ ਮੰਨੇ ਤਾਂ ਇੱਦਾਂ ਹੋ ਜੂਗੀ। ਹੁਣ ਤਾਂ ਹੋ ਗਈ, ਤਾਂ ਸ਼ੁਰੂ ਹੋ ਗਿਆ, ਅਤੇ ਜੇਕਰ ਹੁਣ ਵੀ ਇਧਰਲੇ ਬੰਨੇ ਸਾਡਾ ਧਿਆਨ ਨਹੀਂ ਜਾਂਦਾ ਤਾਂ ਕੀ ਸਾਡੀ ਖੇਤੀ ਕਿਵੇਂ ਬਚੂਗੀ, ਸਾਡਾ ਭਵਿੱਖ ਕਿਵੇਂ ਬਚੂਗਾ। ਬਸ ਇਹ ਚਿੰਤਾ ਇਕੱਲੇ ਇਹ ਸਾਡੇ ਪੰਜਾਬ ਦੀ ਨਹੀਂ, ਭਾਰਤ ਨਹੀਂ, ਦੁਨੀਆ ਦੀ, ਸਾਰੇ ਵਿਸ਼ਵ ਦੀ ਚਿੰਤਾ। ਚਿੰਤਾ ਤਾਂ ਹੀ ਦੂਰ ਹੋਜੂ ਜੇ ਇਹਦੇ ਉੱਤੇ ਚਿੰਤਨ ਹੋਵੇ, ਗੱਲ ਸਾਡੇ ਧਿਆਨ ਦੇ ਵਿੱਚ ਆਵੇ। ਸੋ
ਪੰਜਾਬ ਦੀ ਧਰਤੀ, ਪੰਜਾਬ ਦਰਿਆਵਾਂ ਦੀ ਧਰਤੀ, ਪਾਣੀਆਂ ਦੀ ਧਰਤੀ ਦੇ ਉੱਤੇ ਇਹ ਭਵਿੱਖਬਾਣੀਆਂ ਹੋਣ, ਸਾਡੀ ਚਿੰਤਾ ਹੋਣੀ ਚਾਹੀਦੀ। ਇਸ ਵਾਸਤੇ ਜਿਹੜੀ ਹੈਗੀ, ਅਸੀਂ ਤਾਂ ਲਗਾਤਾਰ ਬਾਬੇ ਨਾਨਕ ਨੇ ਜੋ ਉਪਦੇਸ਼ ਸਾਨੂੰ ਦਿੱਤਾ, ਸਤੋਣ ਗੁਰੂ ਪਾਣੀ ਤੇ ਪਰਮਾਤਮਾ ਤੱਕ ਦਿਵਸ ਰਾਤ ਦੇ ਦਾਈ ਦਾ ਖੇਲ ਸਕਣ ਦਾ, ਅੱਜ ਉਹਨਾਂ ਦੇ ਉਪਦੇਸ਼ ਦੇ ਅਮਲੀ ਰੂਪ ਚ ਅਪਣਾਇਆ ਹੁੰਦਾ। ਅੱਜ ਪੰਜਾਬ ਜਿਹੜਾ ਹੈਗਾ ਦੁਨੀਆਂ ਦੇ ਵਿੱਚ ਐਜ ਏ ਇਨਵਾਇਰਮੈਂਟ ਇਹ ਜਿਹੜਾ ਹੈਗਾ ਦੁਨੀਆਂ ਦੇ ਨਾਲੋਂ ਵੱਖਰਾ ਹੁੰਦਾ, ਪਰ ਅਫਸੋਸ ਹੈ ਕਿ ਅਸੀਂ ਉਹਨਾਂ ਦੀ ਗੱਲਾਂ ਨੂੰ ਅਪਣਾਇਆ ਨਹੀਂ। ਇਸੇ ਕਰਕੇ ਪਾਣੀ ਬਾਰੇ ਭਵਿੱਖਣ ਬਾਰੇ ਫਰੀ ਹੈ, ਪਾਣੀ ਅਸੀਂ ਗੰਦੇ ਕਰਤੇ, ਪਾਣੀ ਨੂੰ ਜਿਹੜਾ ਹੈਗਾ ਡੂੰਘੇ ਚ ਲੈ ਗਿਆ, ਪਾਣੀ ਜਿਹੜੀ ਚਿੰਤਾ ਹੈਗੀ ਹੈ ਇਹ ਸਾਰੀ ਪਾਣੀ ਦੇ ਨਾਲ ਆ, ਸਾਡਾ ਜੀਵਨ ਪਾਣੀ ਦੇ ਨਾਲ, ਤਿੰਨਾਂ ਤੱਤਾਂ ਦੇ ਨਾਲ ਆ, ਅਸੀਂ ਤਿੰਨਾਂ ਤੱਤਾਂ ਨੂੰ ਪ੍ਰਦੂਸ਼ਿਤ ਕਰੀ ਜਾ ਰਹੇ। ਇੱਕ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਅਤੇ ਚਿੰਤਨ ਹੋਣਾ ਚਾਹੀਦਾ ਸਾਰੀਆਂ ਪੋਲੀਟੀਕਲ ਪਾਰਟੀਆਂ, ਕਿਉਂਕਿ ਕੋਈ ਚੀਜ਼ ਦਾ ਹੱਲ ਤਾਂ ਹੀ ਹੁੰਦਾ ਨਾ ਕਿ ਜੇ ਉਹਨਾਂ ਦੀ ਚਿੰਤਾ ਦਾ ਵਿਸ਼ਾ ਬਣੇ, ਉਹ ਤਾਂ ਹੀ ਬਣਨ, ਲੋਕ ਵੀ ਮੰਗਣ ਵੀ ਸਾਨੂੰ ਹਵਾ ਪਾਣੀ ਚਾਹੀਦਾ, ਲੋਕ ਵੀ ਨਹੀਂ ਮੰਗਦੇ। ਇਸੇ ਕਰਕੇ ਅਤੇ ਸਾਡਾ ਹੈਗਾ ਕੋਸ਼ਿਸ਼ ਕਿ ਪੋਲੀਟੀਕਲ ਵਿੱਲ ਬਣੇ, ਅਤੇ ਫਿਰ ਜਦੋਂ ਇੱਛਾ ਸ਼ਕਤੀ ਬਣੂਗੀ ਤਾਂ ਫਿਰ ਹੀ ਇਹ ਮਸਲੇ ਹੱਲ ਹੋਣਗੇ। ਉਹਦੇ ਵਾਸਤੇ ਵੱਡੇ ਕੋਈ ਫੈਸਲੇ ਜਿਹੜੇ ਹੈਗੇ ਉਹਨਾਂ ਨੂੰ ਇੱਛਾ ਸ਼ਕਤੀ ਦੀ ਲੋੜ ਹੈ। ਕੰਟਰੀਬਿਊਸ਼ਨ ਇਸ ਪਾਸੇ ਬਹੁਤ ਹੈ ਅਤੇ ਮੈਂ ਸੋਚਿਆ ਵੀ ਸੰਤ ਦਾ ਸਭ ਦੇ ਸਾਂਝੇ ਹੁੰਦੇ ਨੇ, ਤੁਹਾਡੇ ਕੋਲ ਜਾ ਕੇ ਜ਼ਰੂਰ ਆਉਣਾ। ਸਭੇ ਸਾਂਝੀ ਬਾਲ ਸਦਾਏ ਕੋਈ ਨਹੀਂ ਸੁਣਾ ਜੀ, ਪਹਿਲਾਂ ਹੀ ਬੜਾ ਪਿਆਰ ਦਿੱਤਾ। ਤੁਸੀਂ ਤਾਂ ਪਾਰਟੀ ਬਾਜੀ ਤੋਂ ਉੱਪਰ ਹੈ, ਪਾਰਟੀਆਂ ਤੁਹਾਡੇ ਥੱਲੇ ਰਹਿ ਜਾਣਗੀਆਂ, ਤੁਹਾਡੀ ਸੋਚ ਉਸ ਤੋਂ ਉੱਪਰ ਹੈ, ਤੁਹਾਡੀ ਸਿੱਖਿਆ ਉਸ ਤੋਂ ਵੱਡੀ ਹੈ। ਬਹੁਤ ਬਹੁਤ ਦੁਨੀਆਂ ਭਰ ਦੇ ਵਿੱਚ ਜੋ ਪਿਆਰ ਦਿੱਤਾ ਉਹ ਤਾਂ ਕਹਿ ਨਹੀਂ ਸਕਦੇ ਕੋਈ। ਅਸੀਂ ਕਹਿੰਦੇ ਧੰਨਵਾਦ ਹੈ ਕਿ ਉਹਨਾਂ ਨੇ, ਕਿਉਂਕਿ ਵੈਸੇ ਰਾਜ ਸਭਾ ਤਾਂ ਹੁੰਦੀ ਵੈਸੇ ਉਹਨਾਂ ਲੋਕਾਂ ਦੀ ਹੈ ਜਿਹਨਾਂ ਨੇ ਸਮਾਜ ਵਿੱਚ ਕੁਛ ਕੀਤਾ, ਉਸ ਦੇ ਰੂਪ ਦੇ ਵਿੱਚ ਉਹਨਾਂ ਦਾ ਕੋਈ ਨਹੀਂ। ਜੇ ਸਾਨੂੰ ਪੁੱਛੇ ਕੋਈ, ਅਸੀਂ ਕਿਸੇ ਜੀਵਨ 'ਚ ਨਹੀਂ ਸੋਚਿਆ ਸੀ ਵੀ ਅਸੀਂ ਰਾਜ ਸਭਾ ਜਾਣਾ, ਕਿਉਂਕਿ ਅਸੀਂ ਸੋਚਿਆ ਹੀ ਨਹੀਂ। ਪਰ ਉਹਨਾਂ ਦਾ ਇਹ ਕਨਵੈਂਸ ਕਰਨਾ, ਬਾਬਾ ਜੀ ਤੁਸੀਂ ਨਹੀਂ ਜਾਓਗੇ ਕੋਈ ਹੋਰ ਜਾਊਗਾ, ਪਰ ਆਹ ਜਿਹੜੀਆਂ ਗੱਲਾਂ ਤੁਸੀਂ ਕਰਦੇ ਹੋ ਕਿਸੇ ਨੇ ਨਹੀਂ ਕਰਦੀਆਂ। ਸੋ ਅੱਜ ਲੋੜ ਤਾਂ ਹੈ ਕਿ ਉੱਥੇ ਜੇ ਚੰਗੇ ਬੰਦੇ ਜਾਣਗੇ ਤਾਂ ਉੱਥੇ ਕੋਈ ਗੱਲ ਕਰਨਗੇ, ਸਮਾਜ ਦੀ ਗੱਲ ਕਰਨਗੇ। ਸੋ ਹੁਣ ਤੱਕਰ ਚਲੋ ਅਸੀਂ ਧੰਨਵਾਦ ਕਰਦੇ ਹਾਂ ਉਹਦੇ ਨਾਲ, ਕੁਛ ਇਹੋ ਜਿਹੇ ਮੁੱਦੇ ਜਿਹੜੇ ਹੈਗੇ ਆ, ਕੁਛ ਇਹੋ ਜਿਹੇ ਕਾਰਜ ਆ ਜਿਹੜੇ, ਹੋ ਸਕਦਾ ਕਿ ਅਸੀਂ ਉਹ ਮੈਂਬਰ ਪਾਰਲੀਮੈਂਟ ਬਣੇ ਹਾਂ ਉਹਦੇ ਨਾਲ, ਉਹ ਕਾਫੀ ਜਿਹੜੀਆਂ ਗੱਲਾਂ ਜਿਹੜੀਆਂ ਹੋ ਸਕਦਾ ਅਸੀਂ ਕਹਿੰਦੇ ਸੀ, ਅਸੀਂ ਹਰ ਇਲੈਕਸ਼ਨ 'ਤੇ ਸੀ, ਹੁਣ ਤੁਹਾਨੂੰ ਉਹ ਮੌਕਾ ਵੀ ਮਿਲਿਆ, ਕੁਛ ਅਸੀਂ ਕੋਸ਼ਿਸ਼ ਵੀ ਕੀਤੀ ਹੈ। ਨਹੀਂ, ਜਿਸ ਤਰ੍ਹਾਂ ਤੁਸੀਂ ਜਨੂੰਨੀ ਤੌਰ 'ਤੇ ਜੁੜੇ ਹੋਏ ਹੈ ਤਾਂ ਤੁਹਾਡੇ ਵਰਗੇ ਸੰਤ ਮਹਾਂਪੁਰਸ਼ ਦੀ ਲੋਕ ਵੀ ਸੁਣਦੇ ਆ ਅਤੇ ਅੱਗੇ ਵੀ ਆਉਣਾ ਚਾਹੀਦਾ। ਵੱਡਾ ਕਿਸੇ ਨੇ ਵਿਰੋਧ ਵੀ ਇਸੇ ਕਰਕੇ ਨਹੀਂ ਕੀਤਾ, ਕੋਈ ਤੁਹਾਡੇ ਨਾਲ ਹੈ, ਮੈਂ ਇੱਥੇ ਅੱਜ ਤੁਹਾਡੇ ਕੋਲ ਬੈਠਾ, ਇਹਦਾ ਇਹੀ ਕਾਰਨ ਹੈ ਕਿ ਤੁਸੀਂ ਸਭ ਦੇ ਸਾਂਝੇ ਹੋ ਅਤੇ ਸਭ ਦੇ ਨਾਲ ਗੱਲ ਕਰਦੇ ਹੋ। ਲਾਡੀ ਸਾਹਿਬ ਤੁਹਾਡੀ ਬਹੁਤ ਸਿਫਤ ਕਰਦੇ ਅਤੇ ਮੈਂ ਤਾਂ ਤੁਹਾਡੇ ਨਾਲ ਮਿਲ ਕੇ 550 ਸਾਲ 'ਚ ਕੰਮ ਕੀਤਾ, ਦੇਖਿਆ ਤੁਹਾਨੂੰ। ਚਲੋ ਮਹਾਰਾਜ ਨੇ ਸਮਾਂ ਦਿੱਤਾ, ਕਿਉਂਕਿ ਅੱਜ ਬਹੁਤ ਵੱਡੀ ਲੋੜ ਹੈ ਸਮਾਜ ਨੂੰ ਕਿ ਲੋਕ ਆਸ ਕਰਦੇ ਆ, ਚਾਹੇ ਕੋਈ ਵੀ ਲੀਡਰ ਸਾਹਿਬਾਨ ਆ, ਚਾਹੇ ਕੋਈ ਮਹਾਂਪੁਰਸ਼ ਆ, ਚਾਹੇ ਕੋਈ ਹਰ ਲੋਕਾਂ ਦੀ ਆਸ ਆ, ਅਤੇ ਬਹੁਤ ਵੱਡੀਆਂ ਆਸਾਂ ਜਿਹੜੀਆਂ ਹੈਗੀਆਂ, ਜਿਹੜੀਆਂ ਅਸੀਂ ਕਈ ਵਾਰੀ ਉਹ ਬਹੁਤ ਜ਼ਿਆਦਾ ਸਾਡੇ ਹੁੰਦੇ ਆ ਅਤੇ ਉਹਨਾਂ ਦੇ ਉੱਤੇ ਜਦੋਂ ਨਹੀਂ ਚੱਲ ਹੁੰਦਾ, ਕਿਉਂਕਿ ਹਰ ਚੀਜ਼ ਦੀ ਜਿਹੜੀ ਹੈਗੀ ਆ ਕਪੈਸਿਟੀ ਆ, ਅਸੀਂ ਪੰਜਾਬ ਦੇ ਵਿੱਚ ਕੀ ਕਰ ਸਕਦੇ, ਉਹਦਾ ਸਾਡੇ ਕੋਲ ਖਜ਼ਾਨਾ ਕਿੰਨਾ ਕੀ ਹੈਗਾ,
ਜਦੋਂ ਅਸੀਂ ਬਹੁਤ ਕੁਛ ਕਰਦੇ ਹੁੰਦੇ ਉਹ ਚੀਜ਼ਾਂ ਨਹੀਂ ਆਉਂਦੀਆਂ, ਲੋਕਾਂ ਦਾ ਵਿਸ਼ਵਾਸ ਟੁੱਟਦਾ। ਸੋ ਇਸ ਵਾਸਤੇ ਸਾਨੂੰ ਅਸੀਂ ਕਹਿੰਦੇ ਕਿ ਜਿਹੜੀਆਂ ਇਹ ਚੀਜ਼ਾਂ ਚੋਣ ਮੈਨੀਫੈਸਟੋ ਵੀ ਹੈ, ਸਾਡੇ ਵਾਅਦੇ ਵੀ ਹੈ, ਉਹ ਓਨੇ ਕੁ ਹੋਣੇ ਚਾਹੀਦੇ ਜਿੰਨੇ ਕੁ ਅਸੀਂ ਪੂਰੇ ਕਰ ਸਕੀਏ, ਜਾਂ ਜਿਹੜੇ ਹੈਗੇ ਸਾਡੇ ਜਿਹੜੇ ਚੋਣ ਮੈਨੀਫੈਸਟੋ ਹੈ ਕਾਨੂੰਨਾਂ ਦੇ ਹੋਣ। ਕਿਉਂਕਿ ਲੋਕ ਕਈ ਵਾਰੀ ਜਿਹੜੀ ਹੈਗੀ ਹੈ ਆਸਾ ਰੱਖਦੇ, ਜਿੰਨਾ ਕੁ ਆਪਾਂ ਜਿਹੜਾ ਲੋਕਤੰਤਰ ਦੇ ਵਿੱਚ ਸਾਨੂੰ ਤਾਂ ਦੱਸੀ ਨਾ ਕਿ ਜਦੋਂ ਅਸੀਂ ਪਹਿਲੀ ਵਾਰੀ ਪਿੰਡ ਦੇ ਸਰਪੰਚ, ਸਾਨੂੰ 10 ਸਾਲ ਸਰਪੰਚ ਬਣਾਇਆ ਸੀ, ਕੁਛ ਨਹੀਂ ਬਣਨਾ ਚਾਹੁੰਦੇ, ਕਹਿੰਦੇ ਬਾਬਾ ਜੀ ਤੁਹਾਨੂੰ ਬਣਾਉਣਾ। ਪਰ ਅਸੀਂ ਪਹਿਲੀ ਵਾਰੀ ਜਦੋਂ ਬਣੇ ਤਾਂ ਅਸੀਂ ਪਿੰਡ 'ਚੋਂ ਜਿਹੜੇ ਹੈਗੇ ਬੂਥ ਖਤਮ ਕੀਤੇ, ਇੱਕੋ ਬੂਥ ਲੱਗੂ ਇੱਕ ਪੰਚਾਇਤ ਦਾ, ਵੋਟ ਤੁਸੀਂ ਜਿਹਨੇ ਮਰਜ਼ੀ ਪਾਓਗੇ, ਜੇ ਕੋਈ ਤੁਹਾਨੂੰ ਘਰ ਆਣ ਕੇ ਦਬਕਾਵੇ ਅਸੀਂ ਪਿੱਛੇ, ਪਰ ਬੂਥ ਕਿਸੇ ਦਿਨ ਤੁਸੀਂ ਆਪਣਾ ਪਿਆਰ ਨਹੀਂ ਮੰਨਣਾ, ਤੁਸੀਂ ਇਕੱਠੇ ਰਹਿ ਕੇ। ਫਿਰ ਇਲੈਕਸ਼ਨ ਕਮਿਸ਼ਨ ਨੇ ਵੀ ਉਹ ਚੀਜ਼ ਨੂੰ ਅਸੀਂ ਉਹਨਾਂ ਧੰਨਵਾਦ ਹੋ ਗਏ, ਕਿਉਂਕਿ ਲੋਕਾਂ ਦੀਆਂ ਆਸਾਵਾਂ ਕਿ ਬਾਬਾ ਜੀ ਤੁਸੀਂ ਕੁਛ ਕਰੋਗੇ। ਕਿਉਂਕਿ ਹੁਣ ਤੱਕ ਵੀ ਜੋ ਕੁਛ ਵੀ ਹੈ ਪਿੰਡ ਦੇ ਵਿੱਚ, ਇਲਾਕੇ ਦੇ ਵਿੱਚ, ਕਿਉਂਕਿ ਹਰ ਬੰਦਾ ਜਿਹੜਾ ਹੈਗਾ ਜੋ ਕੁਛ ਵੀ ਹੈ ਸਾਂਝੇ ਸਾਰਿਆਂ ਵਾਸਤੇ ਕੀਤਾ, ਸਮਾਜ ਵਾਸਤੇ ਕੀਤਾ। ਅਸੀਂ ਹੁਣ ਤੱਕ ਕਦੇ ਸਾਰੇ ਮੁੱਖ ਮੰਤਰੀਆਂ ਸਾਹਿਬ ਨੂੰ, ਪ੍ਰਧਾਨ ਮੰਤਰੀ ਨੂੰ ਮਿਲਦੇ ਨੇ, ਇੱਕ ਵੀ ਕਦੇ ਫੋਨ ਕਿਸੇ ਨੂੰ ਕੀਤਾ ਹੋਵੇ ਸਾਡਾ ਪਰਸਨਲ, ਜਾਂ ਅਸੀਂ ਕਹੀਏ ਵੀ ਇੰਨੇ ਬੰਦੇ ਅਸੀਂ ਰਖਾਤੇ, ਅਸੀਂ ਕੋਈ ਨਹੀਂ ਰਖਾ, ਜੇ ਅਗਰ ਖਾਵਾਂਗੇ ਤਾਂ ਇੱਕ ਵਾਰ ਕਢਾਵਾਂਗੇ ਵੀ ਤਾਂ ਸਹੀ ਹੁੰਦਾ ਕਿ ਨਹੀਂ। ਸੋ ਅਸੀਂ ਇਹੋ ਜਿਹੀ ਚੀਜ਼, ਸਾਡੇ ਕੋਲ ਇਹੋ ਜਿਹੀ ਕੋਈ ਲਾਈਨ ਵੀ ਨਹੀਂ ਲੱਗਦੀ, ਗਲਤ ਬੰਦੇ ਨੇ ਸਾਡੇ ਕੋਲ ਆਉਣਾ ਤਾਂ ਅਸੀਂ ਆਪ ਫੋਨ ਚੱਕਦੇ ਜਦੋਂ ਮਰਜ਼ੀ ਸਾਨੂੰ ਫੋਨ ਕਰੀਏ। ਸੋ ਕੁਛ ਜਿਹੜਾ ਹੈਗਾ, ਕਿਉਂਕਿ ਹਰ ਇੱਕ ਬੰਦੇ ਨੂੰ ਅਸੀਂ ਕੋਈ ਨਵੇਂ ਦੇ ਇੱਥੇ ਆਏ ਨਹੀਂ, ਇੱਥੇ ਤਾਂ ਅਸੀਂ ਚੱਲ ਦੇ ਸਾਡਾ ਜਨਮ ਆ, ਕਿਉਂਕਿ ਹਰ ਬੰਦੇ ਨੂੰ ਅਸੀਂ ਜਾਣਦੇ, ਹਰ ਬਚਪਨ ਤੋਂ ਜਾਣਦੇ, ਸਾਡੀ ਵੀ ਹੁਣ 62 ਸਾਲ ਦੀ ਉਮਰ ਹੋ ਗਈ। ਸੱਚੇ ਆਇਓ ਸਾਨੂੰ ਸਾਡੀ ਸਿੰਘ ਦੇ ਥੋੜ੍ਹਾ ਜਿਹਾ ਕਿਰਪਾ ਕਰਦੇ ਸਾਡੇ ਤੇ, ਥੋੜ੍ਹਾ ਨੱਕਾ ਸਾਡੇ ਕਦੇ ਨੂੰ ਮੋੜ ਦਿਓ। ਸਭ ਤੋਂ ਜ਼ਿਆਦਾ ਮਾੜਾ ਸੀ ਲੈਦਰ ਕੰਪਲੈਕਸ ਅਸੈਂਬਲੀ, ਉਹ ਵੀ ਉੱਤੇ ਨਹੀਂ ਚੱਲ ਪਿਆ, ਉਹਦੇ ਨਾਲ ਜਦੋਂ ਪਾਣੀ ਚੱਲ ਪਿਆ, ਪਹਿਲੀ ਗੱਲ ਤਾਂ ਜਿਹੜੇ ਪਾਣੀ ਕਾਲਾ ਸਿੰਘ ਡਰੇਨ ਵਾਲੇ ਆ, ਉਹ ਇੱਕ 10 ਕਰੋੜ ਰੁਪਈਏ ਦਾ ਪ੍ਰੋਜੈਕਟ ਆ ਜਿਹੜਾ ਆਪਣਾ ਸੋਇਲ ਕੰਜਰਵੇਸ਼ਨ ਵਾਲਿਆਂ ਦਾ, ਉਹ ਪਾਣੀ ਖੇਤੀ ਨੂੰ ਲੱਗੂਗਾ, ਜੇ ਨਾ ਲੱਗੇ ਫਿਰ ਇਹਦੇ ਵਿੱਚ ਸਭ ਕੁਛ ਪਾਣੀ ਦੇ ਵਿੱਚੋਂ ਜਿਹੜਾ ਹੈਗਾ ਉਹਦੇ ਵਿੱਚ ਟ੍ਰੀਟਡ ਹੋਊਗਾ ਪਾਣੀ। ਕਿਉਂਕਿ ਸਭ ਤੋਂ ਵੱਡੀ ਜਿਹੜੀ ਕਹਿੰਦਾ ਕਿ ਇਹ ਏਡੀ ਵੱਡੀ ਕਲੰਕ ਸੀਗਾ ਕਿ ਲੋਕਾਂ ਦੇ ਰਿਸ਼ਤੇ ਬੰਦ ਹੋ ਗਏ ਸੀ ਕਾਲਾ ਸਿੰਘ ਡਰੇਨ ਦੇ ਕੰਢੇ, ਕਿਉਂਕਿ ਇੰਨੀ ਬਦਬੂ ਮਾਰਦੀ ਸੀ ਜਦੋਂ ਨਾ ਉਹ ਲੈਦਰ ਕੰਪਲੈਕਸ ਦਾ ਪਾਣੀ ਜਿਹੜਾ ਸੀਗਾ ਉਹ ਟ੍ਰੀਟਮੈਂਟ ਪਲਾਂਟ ਚੱਲਦਾ ਨਹੀਂ ਸੀ, ਬਹੁਤ ਲੰਬੇ ਸਮੇਂ ਬਾਈਪਾਸ ਕਰਕੇ ਪਾ ਦਿੰਦੇ ਬਾਬਾ ਜੀ। 2008 ਚ ਬੰਨ ਲਾਇਆ, 2011 ਚ ਬੰਨ ਲਾਇਆ, ਜਿੰਨੀ ਰਿਸਰਚ ਹੈ ਨਾ ਇਹਦਾ ਪੰਜਾਬ ਨੂੰ ਬਲਕਿ ਹਿੰਦੁਸਤਾਨ ਨੂੰ ਪੈਰਾਂ ਚੁੱਕਣਾ ਪੈਣਾ। ਜਿਸ ਤਰ੍ਹਾਂ ਤੁਸੀਂ ਕਹਿੰਦੇ ਨਾ ਬਿੱਲ ਪਾਵਰ ਚਾਹੀਦੀ, ਕਦੇ ਮੌਕਾ ਮਿਲ ਗਿਆ ਸਾਡੇ ਪਾਰਟੀ ਵਾਲਿਆਂ ਨੂੰ ਤਾਂ ਅਸੀਂ ਤੁਹਾਨੂੰ ਚਾਬੀਆਂ ਫੜਾ ਦਿੰਦੇ ਹਾਂ, ਤੁਸੀਂ ਫਿਰ ਜਿਸ ਤਰ੍ਹਾਂ ਮਰਜ਼ੀ ਕਰੀਏ, ਕਿਉਂਕਿ ਤੁਹਾਡੀ ਸੋਚ ਹੈ ਜਿਹੜੀ ਨਿਸ਼ਕਾਮ ਸੇਵਾ ਔਰ ਇੱਕ ਜੋ ਗੁਰੂ ਨਾਨਕ ਸਾਹਿਬ ਨੇ ਰਸਤਾ ਦਿਖਾਇਆ ਇਨਵਾਇਰਮੈਂਟ ਨੂੰ ਸਾਫ਼ ਸੁਥਰਾ ਰੱਖਣ ਦਾ, ਔਰ ਜੇ ਇਨਵਾਇਰਮੈਂਟ ਸਾਫ਼ ਸੁਥਰਾ ਹੈ ਤਾਂ ਅੱਗੇ ਨੂੰ ਜੀਵਨ ਸਾਫ਼ ਸੁਥਰੇ ਹੋ, ਲੰਬੇ ਜੀਵਨ ਹੋਣਗੇ, ਲੋਕਾਂ ਦੀ ਸਿਹਤਾਂ ਚੰਗੀਆਂ ਰਹਿਣਗੀਆਂ, ਤਾਂ ਇਹ ਤੁਹਾਡੀ ਤਾਂ ਅਸੀਂ ਅੱਗੇ ਨੂੰ ਵੀ ਤੁਹਾਡੇ ਤੋਂ ਸੇਵਾ ਲੈਣੀ ਹੈ ਜੀ ਸਾਰੇ ਪੰਜਾਬ ਦੇ। ਚੰਡੀਗੜ੍ਹ ਸਮੇਤ ਦੇਸ਼ ਦੇ 30 ਜ਼ਿਲ੍ਹੇ ਆ ਜਿਹਨਾਂ 'ਚ ਪਾਣੀ ਦਾ ਸੰਕਟ ਆ ਜਾਂਦਾ।
ਜਲੰਧਰ ਦੇ ਵਿੱਚ ਕਿਆ ਕਰਨਾ ਹੈ ਉਹ ਬਾਬਾ ਜੀ ਦੇ ਨਾਲ ਮਿਲਵਾ